ਬਾਕੀ ਰੋਡ ਦੀ ਗੱਲ ਕਰੋ ਤਾਂ ਰੋਡ ਸਾਰੇ ਵਧੀਆ ਨੇ, ਕੋਈ ਡਰਨ ਵਾਲੀ ਗੱਲ ਨਹੀਂ, ਵਧੀਆ ਆਰਾਮ ਨਾਲ ਆ ਸਕਦੇ ਹੋ, ਜਿਹੜੀ ਮਰਜ਼ੀ ਗੱਡੀ ਲੈ ਕੇ ਆ ਜਾਓ, ਚਾਹੇ ਜੈਨ 'ਤੇ ਆ ਜਾਓ। ਆਇਆ ਹਨੀ ਪਹਿਲਾਂ ਰੋਡ ਮਿਲ ਨਹੀਂ ਰਿਹਾ ਸੀਗਾ, ਚਲ ਬਟ ਥੈਂਕ ਗੋਡ ਆ ਡੇ ਨਾਈਟ ਕੈਫੇ ਉੱਥੇ ਆਪਾਂ ਨੂੰ ਰੂਮ ਮਿਲ ਗਿਆ। ਮਿਹਨਤ ਨਿਕਲੇ ਅੰਕਲ ਜੀ ਚਾਹ ਪਿਲਾ ਦੋ ਵਧੀਆ ਜੀ, ਪੰਜ ਕੱਪ ਕਿੱਧਰ ਬੈਠੀ ਹਨੀ? ਚਲੋ ਹੋਰ ਉਧਰ ਬਹਿੰਦੇ ਇਧਰ ਲੋਕ ਆਈ, ਹੁਣ ਚਾਹ ਬ੍ਰੇਕ ਵੀ ਆਪਾਂ ਲੈ ਲਈਏ ਤੇ ਹੁਣ ਇੱਧਰ ਬੈਠਾਂਗੇ ਵਿਊ ਦੇ ਨਾਲ। ਛੱਤਰੀ ਥੱਲੇ ਇੱਧਰ ਸਹੀ ਹੈ, ਮੈਂ ਕਹਿੰਦਾ ਲੱਤਾਂ ਸਿੱਧੀਆਂ ਕਰ ਲਈਏ ਨਾਲੇ ਚਾਹ ਪੀ ਲਈਏ, ਮਨਾਲੀ ਅਬ ਜ਼ਿਆਦਾ ਦੂਰ ਨਹੀਂ ਹੈ। ਨਾਲ ਤਾਂ ਮੰਗਾਇਆ ਕੁਛ ਬਿਸਕੁਟ ਹੋਰ ਕੁਛ ਹੋਰ ਕਿਆ ਚਾਹੀਏ, ਬਟਰ ਟੋਸਟ ਵਗੈਰਾ ਹੋ ਜਾਵੇ ਦੇਖੋ ਚਾਹ ਸਾਡੀ ਚਾਹ ਆ ਗਈ ਆ ਹੁਣ ਸਵਾਦ ਆ ਗਿਆ ਬਾਈ, ਇਹ ਇੱਕ ਮਿੰਟ ਦੀ ਠੰਡੀ ਹੋ ਜਾਣੀ ਪੀ ਲੋ ਛੇਤੀ। ਤੂੰ ਮਹਾਰਾਜ ਜੀ ਹੁਣੇ ਠੰਡ ਮੰਨੀ ਆ ਨਾ, ਅੱਗੇ ਤਾਂ ਇਹ ਮਾਈਨਸ ਪਤਾ ਨਹੀਂ ਕਿੰਨਾ ਡਿਗਰੀ ਹੈ, ਜ਼ਿਆਦਾ ਨੀ ਦੇਖੀ ਭਰਾਵਾ, ਬਰਫ ਹੀ ਬਰਫ, ਲੋਹੀਆਂ ਲੱਭਣੀਆਂ ਨੇ, ਗਲੱਬ ਲੱਭਣੇ ਆ, ਰਗੜ ਮਾਰ ਚਾਹ ਵੀ ਆਪਣੀ ਹੋ ਗਈ ਪੀ ਲਈ ਆਪਾਂ, ਠੰਡ ਹੋ ਗਈ ਪੂਰੀ, ਸਹੀ ਗੱਲ ਹੈ ਬਾਈ, ਜਿਵੇਂ ਸਾਡੇ ਨਾ ਪਿੱਛੇ ਵਾਲਾ ਕਲਿੱਪ ਤੁਸੀਂ ਦੇਖਿਆ ਨਾ, ਪੂਰਾ ਮਿੱਟੀ ਮਿੱਟੀ ਨਾਲ ਭਰ ਕੇ ਆਪਾਂ ਆ ਰਹੇ ਸੀਗੇ, ਉਹ ਬਹੁਤ ਮਿੱਟੀ ਉੱਡਦੀ ਪਈ ਸੀਗੀ, ਉਹ ਨਾ ਪੰਡੋਰ ਡੈਮ ਤੋਂ ਗਾਈ ਰਸਤਾ ਇੱਕ ਮੁੜਦਾ ਥੱਲੋਂ ਅਤੇ ਨਵਾਂ ਰਸਤਾ ਆ ਜਿੱਥੋਂ ਆਪਾਂ ਆਏ ਆ, ਕਿਉਂਕਿ ਜਿਹੜਾ ਪੁਰਾਣਾ ਰਸਤਾ ਸੀਗਾ ਜਿਹੜਾ ਆਪਣਾ ਡੈਮ ਤੋਂ ਰਾਈਟ ਮੁੜ ਕੇ ਸਿੱਧਾ ਚੱਲ ਜਾਂਦਾ ਨਾ, ਉਹ ਰਸਤਾ ਹਜੇ ਕੀਤਾ ਹੋਇਆ ਸੀਗਾ ਬੰਦ, ਕਿਉਂਕਿ ਪਿੱਛੇ ਫਲੱਡ ਵਗੈਰਾ ਆਇਆ, ਤੁਹਾਨੂੰ ਸਾਨੂੰ ਪਤਾ ਹੀ ਹੈ ਸ਼ਾਇਦ, ਉਹਦੇ ਕਰਕੇ ਉੱਥੇ ਕੋਈ ਕੰਸਟਰਕਸ਼ਨ ਵਗੈਰਾ ਚੱਲਦੀ ਪਈ, ਸੜਕ ਟੁੱਟ ਗਈ ਹੈ ਅਤੇ ਉਹ ਬੰਦ ਵੀ, ਸੋ ਇਹ ਡਾਈਵਰਜਨ ਰੂਟ ਆ ਅਤੇ ਇੱਥੇ ਘੰਟਾ ਤੋਂ ਘੰਟਾ, ਮੈਂ ਕਹਿੰਦਾ ਭਾਈ ਵਾਟ ਵੱਧਦੀ ਹੈ ਕਿ ਨਹੀਂ, ਅੱਧਾ ਪੌਣਾ ਘੰਟੇ ਦੀ ਵਾਟ ਵੱਧਦੀ ਹੋਣੀ ਨਾ, ਡਿਵਰਜਨ ਪੈ ਗਈ ਆ, ਬਸ ਇਹ ਹੀ ਅੱਧਾ ਪੌਣਾ ਘੰਟਾ ਤੁਸੀਂ ਸੋਚ ਕੇ ਚੱਲੋਗੇ ਐਕਸਟਰਾ ਲੱਗੂਗਾ। ਬਾਕੀ ਰੋਡ ਦੀ ਗੱਲ ਕਰੋ ਤਾਂ ਰੋਡ ਸਾਰੇ ਵਧੀਆ ਨੇ, ਕੋਈ ਡਰਨ ਵਾਲੀ ਗੱਲ ਨਹੀਂ, ਵਧੀਆ ਆਰਾਮ ਨਾਲ ਆ ਸਕਦੇ ਹੋ, ਜਿਹੜੀ ਮਰਜ਼ੀ ਗੱਡੀ ਲੈ ਕੇ ਆ ਜਾਓ, ਚਾਹੇ ਜੈਨ 'ਤੇ ਆ ਜਾਓ, ਗੱਡੀ ਜਿਹੜੀ ਮਰਜ਼ੀ ਲਿਓ ਤੁਹਾਡੀ ਪਹੁੰਚੂਗੀ ਆਰਾਮ ਨਾਲ ਮਨਾਲੀ। ਇਹ ਨਾ ਸੋਚਿਓ ਕਿ ਵੀ ਕੋਈ ਜ਼ਿਆਦਾ ਆਫ ਰੋਡ ਪੈਚ ਆ, ਵੀ ਸੜਕਾਂ ਬਹੁਤ, ਛੋਟੀ ਗੱਡੀ ਨਹੀਂ ਚੱਲੂ, ਜਿਹੜੀ ਮਰਜ਼ੀ ਗੱਡੀ ਲੈ ਆਓ। ਅਤੇ ਬਾਕੀ ਹਜੇ ਬਹੁਤ ਵਧੀਆ ਚੱਲ ਰਿਹਾ ਆਪਣਾ ਸਫ਼ਰ, ਸਾਰੇ ਸਵਾਦ ਲੈ ਰਹੇ, ਮੌਸਮ ਠੰਡਾ ਹੋ ਗਿਆ ਹੈ, ਅਤੇ ਬਾਕੀ ਤੁਸੀਂ ਵਿਊ ਚੈੱਕ ਕਰੋ, ਮਨਾਲੀ ਇੱਥੋਂ ਲਗਭਗ 80 ਕਿਲੋਮੀਟਰ ਰਹਿ ਗਿਆ ਵਾ, ਅਤੇ ਹੋਰ ਆਪਾਂ ਐਸਟੀਮੇਟ ਲਾਇਆ 2-3 ਘੰਟੇ ਦਾ,
ਬਾਕੀ ਕੋਸ਼ਿਸ਼ ਆਪਣੀ ਗਾਈਜ਼ ਇਹ ਹੈ ਕਿ ਵੀ ਆਪਾਂ ਸਿਸੂ ਜਾ ਕੇ ਰੁਕੀਏ, ਕਿਉਂਕਿ ਸੋਚ ਕੇ ਇਹ ਹੈ ਸੀਗਾ ਵੀ ਸਿਸੂ ਸਟੇ ਕਰਾਂਗੇ ਜਾ ਕੇ, ਕਿਉਂਕਿ ਮਨਾਲੀ ਵਧੀਆ ਸਟੇ ਕਰ ਲਿਆ ਵਾ ਅਤੇ ਸਿਸੂ ਵਾਲੀ ਫੀਲ ਵਧੀਆ। ਚਲੋ ਬਾਕੀ ਸੜਕ ਦੀ ਤੁਸੀਂ ਦੇਖ ਲਓ ਹਾਲਾਤ, ਬਾਕੀ ਓਕੇ ਆ, ਕੋਈ ਐਡੀ ਚੱਕਰ ਵਾਲੀ ਗੱਲ ਨਹੀਂ ਹੈਗੀ। ਕੰਡੀਸ਼ਨ ਦੇਖੋ ਓਕੇ ਆ। I can't sleep, yeah. Only miss you when I'm breathing in too deep, yeah. Am I just your little secret? I didn't hear the sirens. I didn't wanna see the warning signs. And now I pay the price, yeah. Oh, I should've known. It hits me like a tidal wave every time you say my name. It hits me like a tidal. ਏਅਰਪੋਰਟ ਵੀ ਭਾਅ ਜੀ ਆਪਣਾ ਪੌਂਤਰ ਜੀ ਬਣਿਆ ਨਾ ਮੇਰੇ ਕਹਿੰਦਾ ਪੌਂਤਰ ਏਅਰਪੋਰਟ ਬਸ ਪਹੁੰਚ ਚੱਲੇ ਬਸ ਹੋਰ ਅਤੇ ਦਿਖਾਉਂਦੇ ਤੁਹਾਨੂੰ ਅੱਗੇ ਸੀਨ ਵਗੈਰਾ। ਬਰਫ਼ ਤਾਂ ਮੇਰੇ ਕਹਿੰਦਾ ਇੱਥੋਂ ਦੇਖਦਾ ਰਹੀਏ ਥੋੜ੍ਹੀ ਬਹੁਤ ਚੋਟੀਆਂ 'ਚ, ਬਾਕੀ ਸਲਾਂਗ ਜਾ ਕੇ ਪਤਾ ਲੱਗੂ। ਬੰਦ ਪਿਆ ਬੰਦ ਅੱਗੇ ਲੈਣਗੇ ਚੁੰਗੀ ਮੇਰੇ ਕਹਿੰਦਾ ਕਸੌਲ ਵੱਲ ਨੂੰ, ਕਸੌਲ ਮਨੀਕਰਨ ਸਾਹਿਬ ਰੋਡ ਤੇ ਆ ਸਿੱਧਾ ਰਸਤਾ ਮਨਾਲੀ ਨੂੰ ਜਾਊਗਾ ਤੇ ਆਪਣਾ ਕਸੌਲ ਦਾ ਵੀ ਪ੍ਰੋਗਰਾਮ ਹੈਗਾ ਵਾ, ਬਟ ਆਉਣ ਲੱਗੇ ਦੇਖਾਂਗੇ। ਅਜੇ ਫਿਲਹਾਲ ਆਪਣਾ ਸਿਸੂ ਵਾਲਾ ਪ੍ਰੋਗਰਾਮ ਅਜੇ ਕਰਨਾ ਹੈ ਤੇ ਚਲੋ ਹਲਕਾ ਹਲਕਾ ਹਨੇਰਾ ਆਪਣਾ ਸ਼ੁਰੂ ਹੋ ਗਿਆ ਵਾ ਤੇ ਅੱਗੇ ਕਿਤੇ ਰੋਕ ਕੇ ਨਾ ਦੇਖਾਂਗੇ। ਚਾਹ ਚੂਹ ਪੀਣ ਦੀ ਹੈਗੀ ਲੋੜ ਭਾਅ ਜੀ ਤੁਹਾਨੂੰ ਕਿ ਸਿੱਧਾ ਹੋਟਲ ਦੀ ਲੋੜ ਨਹੀਂ ਮੈਂ ਕਹਿੰਦਾ ਕੋਈ ਲੋੜ ਨਹੀਂ, ਦੱਬ ਦੋ ਕੰਮ ਨੂੰ ਤਾਂ ਬਰਫ਼ ਤੇ ਦੇਖਾਂਗੇ ਚਾਹ। ਸਹੀ ਗੱਲ ਬਿਲਕੁਲ ਸਹੀ, ਹਾਂ ਚਾਹ ਦਾ ਤਾਂ ਚਲੋ ਹੁਣ ਹੋ ਗਿਆ ਟਾਈਮ ਖਤਮ ਅਤੇ ਚਲੋ ਬਾਕੀ ਹੁਣ ਤੁਹਾਨੂੰ ਮਨਾਲੀ ਦੇ ਦਰਸ਼ਨ ਕਰਾਉਂਦੇ ਹਾਂ। ਹਜੇ ਮਨਾਲੀ ਦੇ ਨਾਲ ਨਾਲ ਨਾ ਇੱਕ ਨਦੀ ਵੀ ਚੱਲਦੀ ਹੁੰਦੀ ਆ, ਉਹਦੀ ਵੀ ਵਿਊ ਬਹੁਤ ਸੋਹਣਾ ਹੁੰਦਾ, ਜੇ ਆਇਆ ਕੈਪਚਰ ਹੋਇਆ ਗੋਪਰੋ 'ਚ ਤਾਂ ਜ਼ਰੂਰ ਦਿਖਾਊਂਗਾ। ਠੀਕ ਹੈ ਗਾਈਸ, ਚਲੋ ਸੋ ਗਾਈਸ ਮਨਾਲੀ ਆਪਾਂ ਪਹੁੰਚ ਗਏ ਹਾਂ, ਪਰ ਪਹੁੰਚ ਕੇ ਮਤਲਬ ਕ੍ਰੋਸ ਹੀ ਕਰ ਰਹੇ ਹਾਂ ਅਤੇ ਸਿਸੂ ਵਾਲੇ ਰੋਡ 'ਤੇ ਹਾਂ ਅਤੇ ਆਹ ਪੈਚ ਜਿਹੜਾ ਫਲੱਡ ਸਵਿਚ ਟੁੱਟ ਗਿਆ ਸੀਗਾ, ਖਰਾਬ ਹੋ ਗਿਆ ਸੀਗਾ, ਸਾਰਾ ਰੋਡ ਗਿਆ ਸੀਗਾ, ਦੇਖੋ ਸਾਰਾ ਬਿਲਕੁਲ ਹੀ ਖਰਾਬ ਹੋਇਆ ਪਿਆ ਅਤੇ ਫਿਰ ਵੀ ਪੱਥਰ ਪੁੱਥਰ ਪਾ ਕੇ ਇਹਨਾਂ ਨੇ ਸਹੀ ਆਂਦਿਆਂ ਜੋਗਾ ਕੀਤਾ ਆ ਅਤੇ ਬਸ ਉਹੀ ਕ੍ਰੋਸ ਕਰਦੇ ਪਏ ਹਾਂ। ਬਾਕੀ ਇੱਕ ਦੋ ਜਾਣੇ ਤੋਂ ਆਪਾਂ ਪੁੱਛਿਆ ਵੀ ਹੈਗਾ ਵਾ ਕਿ ਵੀ ਸਿਸੂ ਆਪਾਂ ਜਾਣਾ ਵਾ ਅਤੇ ਕੋਈ ਰਸਤੇ ਬੰਦ ਨਹੀਂ ਹੈਗੇ ਅਤੇ ਹਜੇ ਤੱਕ ਤਾਂ ਸਾਰੇ ਇਹੀ ਕਹਿ ਰਹੇ ਕਿ ਤੁਸੀਂ ਜਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ ਅਤੇ ਹਜੇ ਦੇਖਣ ਨੂੰ ਵੀ ਮੌਸਮ ਸਾਫ਼ ਹੀ ਲੱਗ ਰਿਹਾ ਮੇਰੇ ਖਿਆਲ ਨਾਲ, ਕੋਈ ਇੱਦਾਂ ਦੀ ਪ੍ਰੋਬਲਮ ਹੋਣੀ ਚਾਹੀਦੀ ਸਿਸੂ ਜਾਣ ਲਈ। ਸੋ ਤੁਹਾਨੂੰ ਰਸਤੇ ਵਿਊ ਦਿਖਾਉਂਦੇ ਹਾਂ, ਹੁਣ ਰਾਤ ਨੂੰ ਤਾਂ ਜਿੰਨੇ ਕੁ ਕੈਪਚਰ ਹੁੰਦੇ ਹੋਗੇ ਮੈਂ ਕਰਕੇ ਤੁਹਾਨੂੰ ਵੀਡੀਓ ਸਾਰੇ ਸ਼ੇਅਰ ਕਰੂੰਗਾ। ਠੀਕ ਹੈ, ਤੋਂ ਹੀ ਸਿੱਖਣਾ ਸੀ ਨੇ ਵੀ ਬਰਫ਼ 'ਤੇ ਐਂ ਹੋ ਜਾਂਦਾ, ਤੈਂ ਦੱਸਣਾ ਸਾਨੂੰ। ਲਓ ਜੀ ਗਾਇਸ, ਅੰਡਰ ਟਨਲ ਤੇ ਪਹੁੰਚਣ ਲੱਗਿਆ ਤੇ ਬਰਫ਼ ਨੇ ਸਾਡਾ ਆਉਂਦਿਆਂ ਦਾ ਸਵਾਗਤ ਕੀਤਾ ਤੇ ਕਹਿੰਦਾ ਵੀ ਸਿਰਾ ਹੋ ਗਿਆ, ਸਿਰਾ ਹੋ ਗਿਆ ਬਾਈ ਜੀ। ਟੈਂਪਰੇਚਰ ਮੇਰਾ ਭਰਾ ਕਹਿੰਦਾ ਵੀ -9 ਡਿਗਰੀ ਟੈਂਪਰੇਚਰ ਚਾਹੇ ਇਸ ਵਕਤ ਸੀ, -9 ਹੋਣੇ ਆ, ਹੋਣੇ -9 ਦੇਖਿਆ ਵੀ ਨਾ ਮੈਂ ਲੇਟੈਸਟ। ਆ ਦੇਖੋ ਬਰਫ਼ ਪਤਾ ਨਹੀਂ ਦਿਖਦੀ ਹੋਣੀ ਕਿ ਨਹੀਂ, ਬਟ ਇੱਥੇ ਬਰਫ਼ ਆਪਾਂ ਨੂੰ ਇੰਨੀ ਭਾਜੀ ਦੇਗੀ ਤਾਂ ਸਿਸੂ ਤਾਂ ਪੱਕਾ ਹੀ ਹੋ ਗਿਆ ਵੀਰੇ। ਬਰਫ਼ ਸਿਸੂ ਦੇ ਪਹਾੜ ਚਿੱਟੇ ਹੀ ਚਿੱਟੇ ਲੱਗਣੇ ਪਲੇਅਰ ਦੀ ਸਾਰੇ ਚਿੱਟੇ ਸਾਰੇ ਪਾਸੇ। ਇਹਦਾ ਫੋਟੋ ਲੈ ਕੇ ਮੇਰੇ ਵਾਂਗ ਖੇਲ ਰਾਮ ਨਾਲ, ਆ ਜੇ ਰੁਕਣਾ ਹੁੰਦਾ ਬਾਹਰ ਫਿਰ ਆ ਰੋਕਣ ਵਾਲਾ ਹੀ ਨਹੀਂ ਮੌਂ ਗਏ ਆ ਤੇ ਠੰਡ ਨੇ ਤਾਂ ਬਾਈ ਓਕੇ ਰਿਪੋਰਟ ਕਰਾਈ ਪਈ ਹੱਥ ਜਮਾਤ ਕੇ ਨਹੀਂ ਕੜੇਲ ਕੱਢਤੇ ਜੀ ਕੜੇਲ ਠੰਡ ਨੇ ਐਨ। ਸਹੀ ਗੱਲ ਆ ਬਾਈ, ਰਾਤ ਨੂੰ ਸਿਸੂ ਦਾ ਟੈਂਪਰੇਚਰ ਬਸ -15 ਡਿਗਰੀ ਆ, ਜ਼ਿਆਦਾ ਨਹੀਂ ਹੈਗਾ, ਜ਼ਿਆਦਾ ਨਹੀਂ ਕਿ ਬਾਜੀ ਇੱਥੇ ਬਾਹਰ ਬਾਜੀ ਪਈ ਤੇ ਨਿੱਗ ਜਾਉਂ ਥੋੜਾ ਜਿਹਾ ਨਿੱਗ ਜਾਉਂ ਨਿੱਗ ਦਾ ਲਿਆ ਦਿੰਦੇ ਆ ਤੈਨੂੰ ਟੈਨਸ਼ਨ ਨਾ।
ਚਲੋ ਬਰਫ ਦੇ ਦਰਸ਼ਨ ਹੋ ਗਏ ਹਨ ਫਿਰ ਵੀ ਸਵਾਦ ਆ ਗਿਆ ਭਰਾ ਪਹਿਲਾਂ ਤਾਂ ਸੀਗਾ ਵੀ ਕਿਤੇ ਬਰਫ ਬੁਰਫ ਨਹੀਂ ਹੋਣੀ ਬਟ ਅਟਾ ਟਨਾ ਤੋਂ ਪਹਿਲਾਂ ਸੋਲਾਂਗ ਬਿੱਲੀ ਕ੍ਰਾਸ ਕਰਕੇ ਬਹੁਤ ਬਾਈ ਬਰਫੀ ਬਰਫ ਚਿੱਟਾ ਹੀ ਚਿੱਟਾ ਰਹੀਦਾ ਸਾਰਾ ਕੁਝ ਹੁਣ ਆਪਣਾ ਕੰਫੀਡੈਂਸ ਪੂਰਾ ਹੋ ਗਿਆ ਵੀ 100% ਆਪਾਂ ਨੂੰ ਹਾਂ ਵਾਈਟ ਆ ਵੀਰੇ ਚਾਲਾ ਕੱਪ ਚਿੱਟਾ ਹੀ ਬਰਫ ਬਰਫ ਚ ਲੱਗਣਾ ਸਹੀ ਗੱਲ ਦੀ ਕਾਫੀ ਉਹ ਮੈਂ ਕਹਣਾ ਉਹ ਕੀ ਕਹਿੰਦਾ ਉਹ ਜਿਹੜਾ ਹੁੰਦਾ ਨਹੀਂ ਉਹ ਚਾਲਾ ਪਤੀਲੇ ਤੇ ਲਾ ਕੇ ਨਾਲ ਹੀ ਪੀਣੀ ਪੈਣੀ ਆ ਬਸ ਸਹੀ ਗੱਲ ਆ ਬਾਅਦ ਵਿੱਚ ਸੁੱਟ ਗਈ ਕੋਈ ਪਾਣੀ ਪੂਣੀ ਤੋਂ ਵੀ ਭੈਂ ਬਰਫ ਬਣਿਆ ਸਹੀ ਗੱਲ ਸੋਹਣਾ ਮਾਹੌਲ ਯਾਰ ਹੁਣ ਬਸ ਜਿੱਥੇ ਤੱਕ ਆਪਣੀ ਉਹ ਕਹਿੰਦੇ ਆ ਨਾ ਜਜਮੈਂਟ ਹੈਗੀ ਆ ਵੀ ਇੱਥੋਂ ਨਿਕਲ ਕੇ ਸਾਰਾ ਵਾਈਟ ਹੀ ਦੇਖਣਾ ਚਾਹੇ ਹਨੇਰਾ ਆ ਪਰ ਹੋਣਾ ਵਾਈਟ ਹੀ ਆ ਸਾਰੇ ਚਲੋ ਦਿਖਾਉਂਦੇ ਤੁਹਾਨੂੰ ਆ ਵੀ ਚੇਂਜ ਕਰ ਕੋਈ ਨਾ ਕੋਈ ਡੀਜੇ ਵਾਲਾ ਬਾਬੂ ਖਾਈ ਦਾ ਹੀ ਲੇਜ ਦਾ ਪੈਕਟ ਲੱਭਦੇ ਪਈ ਜੀ ਆਹ ਦੇਖੋ ਚੈੱਕ ਕਰੋ ਇਹਦਾ ਕੀ ਬਣਿਆ ਪਿਆ ਹੈ ਸੂਮੋ ਰੈਸਲਰ ਬਣ ਗਿਆ ਪੂਰਾ ਖੋਲਣ ਲੱਗੇ ਭੈਣ ਤੁਹਾਡੇ ਨਾਲ ਇਹ ਭਾਈ ਆ ਸੰਭਾਲੋ ਤੁਸੀਂ ਬਰੂਦ ਨੂੰ ਕਦੇ ਵੀ ਫਟ ਸਕਦਾ ਜਿਹੜਾ ਪੱਗ ਨਹੀਂ ਦੇ ਫਟ ਨਾ ਜਾਵੇ ਜੀ ਪਾਣਾ ਬਸ ਮਰੀਜ਼ ਨੂੰ ਕਹਤੋਂ ਫੇਰ ਨਾ ਨਹੀਂ ਨਿਕਲ ਪਾੜ ਦੋ ਬਸ ਸਾਈਡ ਦੇ ਤੋਂ ਸਹੀ ਗੱਲ ਮੈਂ ਕਹਿੰਦਾ ਟਨਲ ਵੀ ਮੁੱਕਣ ਵਾਲੀ ਆ ਗਈ ਰਹਿ ਗਏ 3.5 ਕਿਲੋਮੀਟਰ ਆਏ ਭਾਈ ਇਦਾਂ ਕਿਲੋਮੀਟਰ ਨਾ ਆ ਗਈ ਖਤਮ ਹੋ ਗਈ ਟਨਲ ਭਾਈ ਚੈੱਕ ਕਰੋ ਟਨਲ ਭਾਈ ਖਤਮ ਹੋ ਗਈ ਟਨਲ ਖਤਮ ਹੋਦੇ ਸਾਰੀ ਬਰਫ਼ ਦਾ ਗੋਲਾ ਦੇਖੋ ਯਾਰ ਲੱਗਣ ਹੀ ਮੈਂ 10 ਕਿਲੋਮੀਟਰ ਉਹ ਬਰਫ਼ ਦਾ ਢੇਰ 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 ਇੱਥੋਂ ਦੇਖੋ ਭਾਈ ਬਸ ਵੀਰੇ ਹੌਲੀ ਕਰ ਲਓ ਬਰਫ਼ ਦਾ ਢੇਰ ਇੱਧਰ ਹੀ ਦੇਖ ਲਓ ਭਾਈ ਚੈੱਕ ਕਰ ਲਓ ਦਰਸ਼ਨ ਕਰ ਲਓ ਤੁਸੀਂ ਵੀ ਬਰਫ਼ ਦੇ ਓਕੇ ਰਿਪੋਰਟ ਓਕੇ ਰਿਪੋਰਟਾਂ ਕੀਤੀਆਂ ਵੀ ਇਹ ਬਰਫ਼ ਮੈਂ ਕਹਿੰਦਾ ਸਵਾਦ ਹੀ ਲਿਆਤਾ ਬਾਈ ਆਹ ਹਾਂ ਇੱਧਰ ਹੀ ਜਾਣਾ ਹਾਂ ਜੀ ਗੱਡੀ ਹੌਲੀ ਹੌਲੀ ਜਾਂਦੇ ਜਾਂਦੇ ਆਏ ਚਿੱਟਾ ਹੀ ਚਿੱਟਾ ਚਿੱਟਾ ਹੀ ਚਿੱਟਾ ਲਓ ਵੀ ਇੱਥੋਂ ਸੱਜੇ ਹੱਥ ਨੂੰ ਰੋਹਤਾਂਗ ਨੂੰ ਚੱਲ ਜਾਂਦਾ ਰੋਡ ਤੇ ਲੈਫਟ ਹੈਂਡ ਨੂੰ ਜਾਂਦਾ ਸਿਸੂ ਨੂੰ ਆਪਾਂ ਜਾਣਾ ਬਈ ਲੈਫਟ ਨੂੰ ਤੇ ਬਾਈ ਪੂਰਾ ਬਰਫੋ ਬਰਫ ਹੋਇਆ ਪਿਆ ਹੁਣ ਤਾਂ ਵੀਡੀਓ 'ਚ ਹੁਣ ਚੰਗੀ ਤਰ੍ਹਾਂ ਕਵਰ ਨਹੀਂ ਉਹਨਾਂ ਸਾਹਮਣੇ ਪਹਾੜ ਪੂਰਾ ਚਿੱਟਾ ਹੀ ਦੇਖੋ ਵੀਰੇ ਲੇਜ਼ੀ ਆ ਕ੍ਰਿਸਪੀ ਬਾਈ ਪੂਰਾ ਹੀ ਵਾਈਟ ਵਾਈਟ ਹੋਲ ਵਾਈਟ ਵੰਡਰਲੈਂਡ ਬਣਿਆ ਜਿੱਥੇ ਝਰਨਾ ਪੈਂਦਾ ਸੀ ਜ਼ਿਆਦਾ ਹੁਣ ਕਿ ਟੱਪਿਆ ਨਹੀਂ ਆਉਂਦਾ ਬਰਫ ਹੋਟਲਾਂ ਦੇ ਰੇਟ ਰੂਟ ਪਤਾ ਕਰ ਲਈਏ ਕੀ ਹਿਸਾਬ ਕਿਤਾਬ ਆ ਕਿੰਨੇ ਦਾ ਮਰੂਗਾ ਪਹਿਲਾਂ ਜੇ ਪੁੱਛ ਲਈਏ ਵਿਹਲੇ ਕਰਾਂਗੇ ਖਾਣਾ ਪੀਣਾ ਵੀ ਹੈਗਾ ਚੈੱਕ ਕਰੋ ਬਾਈ ਤੇਰੇ ਆਇਆ ਹਨੀ ਗਾਈਜ਼ ਪੂਰੇ ਜੰਮ ਗਏ ਆ ਤੇ ਕਰ ਕਰਾ ਕੇ ਆਪਾਂ ਨੂੰ ਇੱਕ ਆਹ ਹੋਟਲ ਮਿਲ ਗਿਆ ਪਹਿਲਾਂ ਤਾਂ ਹੋਟਲ ਮਿਲ ਨਹੀਂ ਰਿਹਾ ਸੀਗਾ ਚਲ ਬਟ ਥੈਂਕ ਗੋਡ ਆ ਡੇ ਨਾਈਟ ਕੈਫੇ ਇੱਥੇ ਆਪਾਂ ਨੂੰ ਰੂਮ ਮਿਲ ਗਏ ਠੀਕ ਆ ਬਾਈ ਠੰਡ ਦੀ ਬਟ ਗੱਡੇ ਪਏ ਠੰਡ ਠੰਡ ਬਰਫ਼ ਹੀ ਬਰਫ਼ ਦੇਖੋ ਤਾਂ ਬਰਫ਼ ਦੇਖੋ ਤੇ ਤੁਸੀਂ ਆਈਡੀਆ ਲਾ ਸਕਦੇ ਹੋ ਅਤੇ ਠੰਡ ਕਿੰਨੀ ਹੋਊਗੀ ਬਾਕੀ ਸਵੇਰੇ ਵੀ ਹੋਊਗਾ ਸਰ ਛੱਤ 'ਤੇ ਉਹ ਛੱਤ 'ਤੇ ਦਿੰਦੀ ਨਹੀਂ ਹੋਣੀ ਪਰ ਬਰਫ਼ ਓਕੇ ਸਮਾਨ ਸਾਰਾ ਕੁਝ ਸੋ ਬਈ ਜੀ ਆਪਣਾ ਰੂਮ ਕੁਛ ਐਸਾ ਸਾਹਮਣੇ ਵਿਊ ਵੀ ਮਿਲੂਗਾ ਆਪਾਂ ਨੂੰ ਲੱਗਦਾ ਸਵੇਰੇ ਵਿਊ ਦਿਖਾਵਾਂਗੇ ਤੇਰੇ ਭਰਾ ਨੇ ਆਰਡਰ ਕੀਤਾ ਤੈਨੂੰ ਪਸੰਦ ਆ ਰਿਹਾ ਕਿ ਨਹੀਂ ਸਿਸਟਮ ਮੈਂ ਤਾਂ ਖਾਦਾ ਨਹੀਂ ਬਈ ਖਾ ਲਈਏ ਟੇਸਟੀ ਹੈ ਕਿ ਨਹੀਂ ਪਰ ਦੱਸ ਦੇ ਭਰਾ ਨੂੰ ਆਰਡਰ ਤੇਰੇ ਭਰਾ ਨੇ ਕੀਤਾ ਟੇਸਟੀ ਆ ਓਕੇ ਚੱਲ ਸਹੀ ਹੈ ਗਾਈਜ਼ ਆਪਣਾ ਫੰਕਸ਼ਨ ਆਪਣਾ ਹੋ ਗਿਆ ਵਾ ਠੰਡ ਬਈ ਮਾਈਨਸ ਵਿੱਚ ਆ ਬਰਫ਼ ਨਾਲ ਟਿਕਟ ਦਮ ਵੀਰੇ ਬਾਂਗ ਬੋਲੀ ਪਈ ਹੈ ਪੀਣਾ ਪੀਣਾ ਸਮੋਲ ਸੁਪਰ ਲਾਈਵ ਫਿਰ ਨਿਕਲਦੇ ਸਹੀ ਗੱਲ ਦੀ ਐਂਡਿੰਗ ਸੋ ਗਾਈਜ਼ ਜਿਹੜੇ ਹਿਸਾਬ ਨਾਲ ਤੁਸੀਂ ਦੇਖ ਰਹੇ ਹੋ ਹੀਟਰ ਅਤੇ ਠੰਡ ਲੱਗ ਰਹੀ ਬਹੁਤ ਜ਼ਿਆਦਾ ਇਹ ਵਲੋਗ ਆਪਾਂ ਕਰਦੇ ਇੱਥੇ ਐਂਡ ਮਾਈਨਸ ਸੋ ਗਾਈਜ਼ ਗੋਪਰੋ ਵੀ ਵਾਰ ਵਾਰ ਬੰਦ ਹੋ ਰਿਹਾ ਠੰਡ ਕਰਕੇ ਕਿਉਂਕਿ ਮਾਈਨਸ ਹੈਗਾ 15